ਹਾਂਜੀ ਦੋਸਤੋ, ਕਿਵੇਂ ਹੋ? ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਇੱਕ ਇਹੋ ਜਿਹੀ ਕੁੜੀ ਬਾਰੇ ਜਿਹੜੀ ਕਿ ਆਪਣੇ ਆਪ ਨੂੰ ਬਹੁਤ ਘੰਟੇ ਲਗਾ ਦਿੰਦੀ ਹੈ ਮੇਕਅਪ ਕਰਨ ਲਈ, ਜਿਹੜੀ ਕਿ ਏਲੀਅਨ ਬਣਨ ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਕਸਰ ਹੀ ਉਹ ਲੋਕ ਆਪਣੇ ਚਿਹਰਿਆਂ 'ਤੇ ਟੈਟੂ ਬਣਵਾਉਂਦੇ ਨੇ, ਅਤੇ ਕਈ ਮਤਲਬ ਐਵੇਂ ਦੇ ਬੰਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਹੀਰੋਇਨ ਵਰਗੀ ਲੁੱਕ ਚਾਹੀਦੀ ਹੁੰਦੀ ਹੈ। ਤਾਂ ਦੋਸਤੋ, ਇੱਕ ਕੁੜੀ ਹੈ ਜਿਹਦਾ ਨਾਮ ਕਿ ਜੈਸਮੀਨ ਬੀਨ ਹੈ। ਇਹ ਜੋ ਵੀ ਹੈ ਮਤਲਬ ਬਹੁਤ ਜ਼ਿਆਦਾ ਫੈਸ਼ਨ ਕਰਦੀ ਹੈ ਅਤੇ ਖੂਬ ਮਸ਼ਹੂਰ ਵੀ ਹੈ। ਦੋਸਤੋ, ਜੈਸਮੀਨ ਬੀਨ ਅਲਣਪੁੜੇ ਤੋਂ ਹੀ ਆਪਣੇ ਵੱਖ ਵੱਖ ਤਰ੍ਹਾਂ ਦੇ ਫੈਸ਼ਨ ਕਰਦੀ ਆਈ ਹੈ। ਲੰਡਨ ਵਿੱਚ ਰਹਿਣ ਵਾਲੀ ਜੈਸਮੀਨ ਗੁੱਡੀਆਂ ਵਾਂਗ ਹੀ ਵੱਡੀ ਮਾਤਰਾ ਵਿੱਚ ਆਪਣੇ ਮੇਕਅਪ, ਵੱਖਰੇ ਅੱਖਾਂ ਵਿੱਚ ਪਾਉਣ ਵਾਲੇ ਲੈਂਸ, ਇਸ ਤੋਂ ਇਲਾਵਾ ਕਈ ਹੋਰ ਚੀਜ਼ਾਂ ਪਹਿਨਦੀ ਹੈ ਜਿਹੜੀ ਕਿ ਉਹ ਏਲੀਅਨ ਵਾਂਗੂ ਲੱਗ ਸਕੇ। ਦੋਸਤੋ, ਜਪਾਨੀ ਸੰਸਕ੍ਰਿਤੀਆਂ ਨੂੰ ਮੰਨਦਿਆਂ ਇਹ ਏਲੀਅਨ ਵਾਂਗ ਦਿਸਣ ਲਈ ਘੰਟਿਆਂ ਬੱਧੀ ਆਪਣੇ ਆਪ ਨੂੰ ਸਜਾਉਂਦੀ ਹੈ। ਜੈਸਮੀਨ ਚੈਸਟ ਬਾਈਂਡਰ ਤੱਕ ਪਹਿਨਦੀ ਹੈ, ਹਾਲਾਂਕਿ ਉਹ ਡਰਦੀ ਵੀ ਹੈ ਕਿ ਇਸ ਨਾਲ ਉਸਦੀਆਂ ਫਸਲੀਆਂ ਨੂੰ ਨੁਕਸਾਨ ਨਾ ਪਹੁੰਚੇ। ਅਜਿਹਾ ਉਹ ਦਿੱਖ ਨੂੰ ਤਰੀਕੇ ਨਾਲ ਢਾਲਣ ਵਿੱਚ ਕਰਦੀ ਹੈ। ਦੋਸਤੋ, ਉਹ ਕਹਿੰਦੀ ਹੈ ਕਿ ਉਸਨੂੰ ਪਤਾ ਹੈ ਕਿ ਲੋਕ ਉਸਨੂੰ ਦੇਖ ਕੇ ਡਰਦੇ ਹਨ, ਪਰ ਉਸ ਨਾਲ ਉਸਨੂੰ ਕੋਈ ਫਰਕ ਨਹੀਂ ਪੈਂਦਾ। ਦੋਸਤੋ, ਜੈਸਮੀਨ ਮੰਨਦੀ ਹੈ ਕਿ ਆਪਣੀ ਇਸ ਲੁੱਕ ਨੂੰ ਲੋਕਾਂ ਦੇ ਡਰਨ ਦੀਆਂ ਗੱਲਾਂ ਤੋਂ ਬਹੁਤ ਖੁਸ਼ ਰਹਿੰਦੀ ਹੈ ਅਤੇ ਆਨੰਦ ਪ੍ਰਾਪਤ ਕਰਦੀ ਹੈ। ਜੈਸਮੀਨ ਕਹਿੰਦੀ ਹੈ ਕਿ ਉਸਦਾ ਪਰਿਵਾਰ ਉਸਨੂੰ ਸਮਰਥਨ ਕਰਦਾ ਹੈ। ਉਹ ਕਹਿੰਦੀ ਹੈ ਕਿ ਜੇਕਰ ਉਸਨੇ ਕਿਸੇ ਨੂੰ ਜਨੂੰਨ ਨਾਲ ਜਿੱਤਣਾ ਹੈ ਤਾਂ ਉਸਨੂੰ ਸਮਝਣਾ ਪਵੇਗਾ ਉਸਨੂੰ ਕੀ ਚਾਹੀਦਾ ਹੈ। ਦੋਸਤੋ, ਇਹ ਸੀ ਸਾਡੀ ਵੀਡੀਓ, ਅਤੇ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜੋ ਦੱਸਿਓ ਕਿ ਤੁਸੀਂ ਵੀਡੀਓ ਨੂੰ ਕਿੰਨਾ ਕੁ ਲਾਈਕ ਕੀਤਾ, ਅਤੇ ਤੁਹਾਨੂੰ ਜਿਹੜੀਆਂ ਇਹਦੀਆਂ ਫੋਟੋਆਂ ਦੇਖ ਕੇ ਜੈਸਮੀਨ ਬੀਨ ਦੀਆਂ ਤੁਸੀਂ ਡਰੇ ਕਿ ਨਹੀਂ, ਇਹ ਵੀ ਜ਼ਰੂਰ ਦੱਸਿਓ। ਤਾਂ ਚਲੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ, ਸਤਿ ਸ਼੍ਰੀ ਅਕਾਲ।